ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਆਓ ਬਣੀਏ ਗੁਰਸਿੱਖ ਪਿਆਰਾ ਕੁਇਜ਼ ਸ਼ੋਅ ਦੇ ਸੀਜ਼ਨ 14 ਦੇ ਗ੍ਰੈਂਡ ਫਿਨਾਲੇ ਰਾਊਂਡ ਵਿੱਚ ਸਾਡੇ ਸਾਰੇ ਪਿਆਰੇ ਅਤੇ ਸੂਝਵਾਨ ਦਰਸ਼ਕਾਂ ਦਾ ਨਿੱਘਾ ਸਵਾਗਤ ਹੈ ਤੁਸੀਂ ਵੇਖੋਗੇ ਕਿ ਅੱਜ ਇਸ ਸਥਾਨ ਤੋਂ ਦੋ ਟੀਮਾਂ ਜਿਹੜੇ ਕਿ ਧੀਰਜ ਅਤੇ ਖਿਮਾ ਫਾਈਨਲ ਦੇ ਵਿੱਚ ਪਹੁੰਚੀਆਂ ਨੇ ਔਰ ਇੱਥੋਂ ਅੱਜ ਦੋਨਾਂ ਵਿੱਚੋਂ ਇੱਕ ਟੀਮ ਜਿਹੜੀ ਹੈ ਉਹ ਆਓ ਬਣੀਏ ਗੁਰਸਿੱਖ ਪਿਆਰਾ ਦਾ ਟਾਈਟਲ ਫਸਟ ਪ੍ਰਾਈਜ਼ ਜਿੱਤ ਕੇ ਜਾਏਗੀ ਔਰ ਦੂਸਰੀ ਆਓ ਬਣੀਏ ਗੁਰਸਿੱਖ ਪਿਆਰਾ ਕੁਇਜ਼ ਸੀਜ਼ਨ 14 ਦੇ ਸੈਕਿੰਡ ਪ੍ਰਾਈਜ਼ ਯਾਨੀ ਰਨਰ ਅਪ ਬਣ ਕੇ ਜਾਣਗੇ ਔਰ ਇਹ ਦੋ ਟਰੋਫੀਆਂ ਯਾਦਗਾਰੀ ਟਰੋਫੀਆਂ ਹੋਣਗੀਆਂ ਉਹਨਾਂ ਦੇ ਜ਼ਿੰਦਗੀ ਦੇ ਹਿੱਸਾ ਬਣ ਜਾਣਗੀਆਂ ਸੋ ਇਨਵਾਈਟ ਕਰੀਏ ਜੀ ਆਪਣੀਆਂ ਦੋਨੋਂ ਟੀਮਾਂ ਨੂੰ ਬਿਲਕੁਲ 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 ਆਓ ਆਓ ਜੀ ਆਓ ਅਸੀਂ ਦੋਨੋਂ ਟੀਮਾਂ ਨੂੰ ਇਨਵਾਈਟ ਕਰ ਰਹੇ ਹਾਂ ਜੀ ਪਹਿਲੇ ਧੀਰਜ ਟੀਮ ਪੇਸ਼ੈਂਸ ਟੀਮ ਕਿਰਪਾ ਕਰਕੇ ਦੋਨੋਂ ਟੀਮ ਮੈਂਬਰਸ ਸਟੇਜ 'ਤੇ ਆਉਣ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਮੈਂ ਗੁਰਮੀਤ ਕੌਰ ਲਾਰੈਂਸ ਰੋਡ ਦਿੱਲੀ ਤੋਂ ਆਈ ਹਾਂ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਮੇਰਾ ਨਾਂ ਪਵਨਪ੍ਰੀਤ ਸਿੰਘ ਹੈ ਮੈਂ ਲਾਰੈਂਸ ਰੋਡ ਨਵੀਂ ਦਿੱਲੀ ਤੋਂ ਆਇਆ ਹਾਂ ਬਹੁਤ ਵਧੀਆ ਜੀ ਆਪਾਂ ਦੂਸਰੀ ਟੀਮ ਨੂੰ ਸੱਦਾ ਦਿੰਦੇ ਹਾਂ ਬੇਨਤੀ ਕਰਾਂਗੇ ਟੀਮ ਖਿਮਾ ਫੋਰਗਿਵਨੈਸ ਪਲੀਜ਼ ਆਉਣ ਦੀ ਕਿਰਪਾਲਤਾ ਕਰੋ ਜੀ ਆਇਆਂ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਮੇਰਾ ਨਾਮ ਦਲਵੀਰ ਕੌਰ ਹੈ ਮੈਂ ਮਾਲਵੀ ਨਗਰ ਨਿਊ ਦਿੱਲੀ ਤੋਂ ਆਈ ਹਾਂ ਮੇਰਾ ਨਾਮ ਲਵਲੀਨ ਕੌਰ ਹੈ ਅਤੇ ਮੈਂ ਵੀ ਮਾਲਵੇ ਨਗਰ ਤੋਂ ਹੀ ਆਈ ਹਾਂ ਸੋ ਅਸੀਂ ਦੋਨੋਂ ਟੀਮਾਂ ਕੰਫਰਟੇਬਲ ਹੋਣ ਤਾਂ ਅਸੀਂ ਸ਼ੁਰੂ ਕਰ ਸਕਦੇ ਹਾਂ ਅੱਜ ਦਾ ਫਾਈਨਲ ਰਾਊਂਡ ਮੈਨੂੰ ਪਤਾ ਹੈ ਤੁਹਾਡੇ ਨਾਲ ਨਾਲ ਸਾਡੇ ਸਾਰੇ ਦਰਸ਼ਕਾਂ ਦੇ ਦਿਲ ਦੀਆਂ ਧੜਕਣਾਂ ਵੀ ਜੁੜੀਆਂ ਹੋਈਆਂ ਹਨ ਸੋ ਦੋਨੋਂ ਟੀਮਾਂ ਨੂੰ ਸ਼ੁਭਕਾਮਨਾਵਾਂ ਦਿੰਦੇ ਹੋਏ ਆਲ ਦਾ ਬੈਸਟ ਅਸੀਂ ਆਰੰਭ ਕਰਨੇ ਜਾ ਰਹੇ ਹਾਂ ਸ਼ਾਰਟ ਦੇ ਵਿੱਚ ਤੁਹਾਡੇ ਨਾਲ ਰੂਲ ਜ਼ਰੂਰ ਸ਼ੇਅਰ ਕਰ ਦਈਏ ਇੱਕ ਵਾਰੀ ਫਿਰ ਸਾਡੇ ਦਰਸ਼ਕ ਵੀ ਅੱਛੀ ਤਰ੍ਹਾਂ ਜਾਣੂ ਹਨ ਪਰ ਟੂ ਰਿਪੀਟ ਵੰਸ ਹਰ ਸਹੀ ਜਵਾਬ ਦੇ 10 ਨੰਬਰ ਹੋਣਗੇ ਅਗਲੀ ਟੀਮ ਨੂੰ ਸਵਾਲ ਜਾਣ 'ਤੇ ਬੋਨਸ ਨੰਬਰ ਮਿਲਣਗੇ ਜਵਾਬ ਦੇਣ ਲਈ ਸਿਰਫ 60 ਸੈਕਿੰਡਸ ਦਾ ਟਾਈਮ ਹੋਏਗਾ ਬਿਹਤਰ ਹੋਵੇਗਾ ਜੇ ਟੀਮ ਵਿੱਚ ਆਪਸੀ ਵਿਚਾਰ ਕਰਕੇ ਆਪ ਜੀ ਜਵਾਬ ਦਿਓ ਠੀਕ ਹੈ ਜੀ ਉਹ ਜੱਜਾਂ ਦਾ ਫੈਸਲਾ ਅੰਤਿਮ ਹੈ ਅਤੇ ਜਿਹੜੀ ਸਭ ਤੋਂ ਇੰਪੋਰਟੈਂਟ ਰੂਲ ਵਾਲੀ ਗੱਲ ਹੈ ਇਸ ਗੁਰਮਤ ਅੜਾਉਣੀ ਦਾ ਮਕਸਦ ਸਿਰਫ ਗਿਆਨ ਹਾਸਲ ਕਰਨਾ ਹੈ ਜੇਤੂ ਲੱਭਣਾ ਹੈ ਸਾਡੇ ਦਰਸ਼ਕ ਇਸ ਨੂੰ ਅੱਛੀ ਤਰ੍ਹਾਂ ਜਾਣਦੇ ਹਨ ਸੋ ਕਰਦੇ ਹਾਂ ਜੀ ਆਰੰਭ ਫਿਰ ਇਹਨਾਂ ਦੇ ਨਾਲ ਪਹਿਲਾ ਜਿਹੜਾ ਕੁਐਸਚਨ ਹੈ ਉਹ ਇੰਸਪੀਰੇਸ਼ਨਲ ਸਿੱਖਸ ਦੇ ਵਿੱਚੋਂ ਹੈ ਜੀ ਤੁਹਾਡੇ ਸਾਹਮਣੇ ਕੁਐਸਚਨ ਆ ਰਿਹਾ ਹੈ ਧਿਆਨ ਨਾਲ ਆਪ ਜੀ ਨੇ ਸਮਝਣਾ ਹੈ ਪੜ੍ਹ ਕੇ ਮੂਵੀ ਸੱਜਣ ਸਿੰਘ ਰੰਗਰੂਟ ਵਾਸ ਬੇਸਡ ਔਨ ਸਿੱਖ ਸੋਲਜਰਸ ਬਰੇਵਰੀ ਇਨ ਵਿਚ ਵਾਰ ਫਿਲਮ ਸੱਜਣ ਸਿੰਘ ਰੰਗਰੂਟ ਜੋ ਕਿ ਸਿੱਖ ਸਿਪਾਹੀਆਂ ਦੀ ਬਹਾਦਰੀ ਉੱਪਰ ਹੈ ਕਿਸ ਜੰਗ ਨਾਲ ਸੰਬੰਧਿਤ ਹੈ ਆਪ ਜੀ ਨੇ ਘੜੀ ਦਾ ਖਿਆਲ ਰੱਖਣਾ ਹੈ ਸੋ ਸਮਝ ਕੇ ਧਿਆਨ ਨਾਲ ਦਿਸ ਇਜ਼ ਰਿਲੇਟਿਡ ਟੂ ਵਰਲਡ ਵਾਰ 1 ਵਰਲਡ ਵਾਰ 1 ਵਿਚ ਟੂ ਕੰਟਰੀਜ਼ ਦਿਸ ਵਾਰ ਵਾਸ ਆਈ ਗੈਸ ਇਟਸ ਬਿਟਵੀਨ ਜਰਮਨੀ ਐਂਡ ਫਰਾਂਸ ਜਰਮਨੀ ਐਂਡ ਫਰਾਂਸ ਓਕੇ ਵੀ ਕੈਨ ਗ੍ਰਾਂਟ ਯੂ ਫੁੱਲ ਮਾਰਕਸ ਵਰਲਡ ਵਾਰ 1 ਆਪ ਜੀ ਨੇ ਬਿਲਕੁਲ ਠੀਕ ਕਿਹਾ ਹੈ ਇਟ ਵਾਸ ਵੀ ਵਾਂਟ ਟੂ ਕਰੈਕਟ ਯੂ ਇਟ ਵਾਸ ਜਰਮਨੀ ਐਂਡ ਇੰਗਲੈਂਡ ਬ੍ਰਿਟਿਸ਼ ਐਂਡ ਜਰਮਨਸ ਦੇ ਵਿੱਚ ਸੀ ਠੀਕ ਹੈ ਦੈਟ ਵਾਸ ਐਨ ਐਡੀਸ਼ਨਲ ਇਨਫੋਰਮੇਸ਼ਨ ਸੀ ਲੇਕਿਨ ਸਵਾਲ ਦਾ ਜਵਾਬ ਤੁਹਾਡਾ ਠੀਕ ਸੀ ਸੋ ਅਸੀਂ ਵਧਦੇ ਹਾਂ ਜੀ ਆਪਣੇ ਅਗਲੇ ਕੁਐਸਚਨ ਵੱਲ ਖਿਮਾ ਟੀਮ ਲਈ ਆ ਰਿਹਾ ਡਾਇਰੈਕਟ ਬੜੇ ਧਿਆਨ ਦੇ ਨਾਲ ਆਪ ਜੀ ਨੇ ਕੁਐਸਚਨ ਪਹਿਲੇ ਪੜ੍ਹਨਾ ਹੈ ਸਮਝਣਾ ਹੈ ਅਤੇ ਉਹਦਾ ਜਵਾਬ ਜਿਸ ਤਰ੍ਹਾਂ ਪੇਸ਼ੈਂਸ ਟੀਮ ਨੇ ਦਿੱਤਾ ਹੈ ਫਰਗਿਵਨੈਸ ਟੀਮ ਵੀ ਅਸੀਂ ਉਮੀਦ ਕਰਦੇ ਹਾਂ ਕਿ ਉਸ ਤਰ੍ਹਾਂ ਹੀ ਜਵਾਬ ਦੇਣ ਇਨ 2018 ਇਹ ਪੰਜਾਬੀ ਵਾਰ ਫਿਲਮ ਫੀਚਰਿੰਗ ਜਿੱਪੀ ਗਰੇਵਾਲ ਵਾਸ ਬੇਸਡ ਔਨ ਲਾਈਫ ਸਟੋਰੀ ਆਫ ਵਿਚ ਸਿੱਖ ਸੋਲਜਰ 2018 ਵਿੱਚ ਆਈ ਇੱਕ ਫਿਲਮ ਜਿਸ ਵਿੱਚ ਜਿੱਪੀ ਗਰੇਵਾਲ ਮੁੱਖ ਕਲਾਕਾਰ ਸੀ ਕਿਸ ਸਿੱਖ ਸਿਪਾਹੀ ਦੇ ਜੀਵਨ ਉੱਪਰ ਆਧਾਰਿਤ ਸੀ ਸੋਚ ਕੇ ਜਵਾਬ ਦਿਓ ਸਮਾਂ ਚੱਲ ਪਿਆ ਸਾਡੇ ਕਾਫੀ ਸਾਰੇ ਦਰਸ਼ਕ ਉਮੀਦ ਕਰਦੇ ਹਾਂ ਕਿ ਇਹਦਾ ਆਨਸਰ ਜਾਣਦੇ ਹਨ ਲੇਕਿਨ ਸਵਾਲ ਇਹ ਹੈ ਅਸੀਂ ਐਕਸਪਰਟ ਐਡਵਾਈਸ ਲੈਣਾ ਚਾਹੁੰਦੇ ਹਾਂ ਐਕਸਪਰਟ ਐਡਵਾਈਸ ਲੈਣਾ ਚਾਹੁੰਦੇ ਹੋ ਐਕਸਪਰਟ ਐਡਵਾਈਸ ਲਈ ਮਨਜੀਤ ਸਿੰਘ ਹਾਂਜੀ ਸੋ ਸਾਡੇ ਨਾਲ ਅੱਜ ਸਰਦਾਰ ਮਨਜੀਤ ਸਿੰਘ ਜੀ ਕੇ
ਪ੍ਰੈਜ਼ੀਡੈਂਟ ਦਿੱਲੀ ਸਿੱਖ ਗੁਰਦੁਆਰਾ ਮੈਨੇਜਮੈਂਟ ਕਮੇਟੀ ਜੁੜ ਰਹੇ ਹਨ। ਅਸੀਂ ਉਹਨਾਂ ਨੂੰ ਰਿਕੁਐਸਟ ਕਰਦੇ ਹਾਂ ਕਿ ਫੋਰਗਿਵਨੈਸ ਟੀਮ ਇੱਕ ਕੁਐਸਚਨ 'ਤੇ ਆ ਕੇ ਰੁਕ ਗਈ ਹੈ, ਇਹਨਾਂ ਨੂੰ ਇਸਦਾ ਠੀਕ ਜਵਾਬ ਦੱਸ ਕੇ ਆਪ ਜੀ ਗੇਮ ਵਿੱਚ ਅੱਗੇ ਵਧਾਓ। ਸਰਦਾਰ ਮਨਜੀਤ ਸਿੰਘ ਜੀ, ਜਿਹੜੇ ਜੀ ਪੀ ਗਰੇਵਾਲ ਨੇ ਪਿਕਚਰ ਬਣਾਈ ਸੀ ਉਹ ਸੂਬੇਦਾਰ ਜੋਗਿੰਦਰ ਸਿੰਘ, ਮੈਂ ਸਮਝਦਾ ਕਿ ਇਹ ਹਿਸਟਰੀ ਦੇ ਵਿੱਚ ਇੱਕ ਐਸਾ ਨਾਂ ਹੈ ਜਿਸ ਨੂੰ ਉਹਨਾਂ ਨੇ ਉਜਾਗਰ ਕਰਨ ਦੀ ਕੋਸ਼ਿਸ਼ ਕੀਤੀ ਹੈ। ਔਰ ਜੇ ਮੈਂ ਸਿੱਖ ਜਰਨੈਲਾਂ ਦੀ ਗੱਲ ਕਰਾਂ, ਜੇ ਮੈਂ ਸਿੱਖ ਫੌਜੀਆਂ ਦੀ ਗੱਲ ਕਰਾਂ, ਭਾਵੇਂ ਉਹ ਫਸਟ ਵਰਲਡ ਵਾਰ ਹੋਵੇ, ਸੈਕਿੰਡ ਵਰਲਡ ਵਾਰ ਹੋਵੇ, ਇਹ ਇੰਟਰਨੈਸ਼ਨਲ ਪੱਧਰ 'ਤੇ ਨੇ। ਜੇ ਹਿੰਦੁਸਤਾਨ ਦੀ ਮੈਂ ਆਜ਼ਾਦੀ ਦੀ ਲੜਾਈ ਕਰ ਲਵਾਂ, ਗੁਰੂ ਸਾਹਿਬਾਨ ਵੇਲੇ ਦੇ ਗੱਲਾਂ ਕਰ ਲਈਏ, ਗੋਰਿਆਂ ਦੇ ਖਿਲਾਫ਼ ਕਿੰਨੇ ਫਾਂਸੀ ਚੜ੍ਹੇ ਨੇ, ਮੈਂ ਸਮਝਦਾ ਬੜੇ ਐਸੇ ਕਰੈਕਟਰ ਨੇ। ਲੇਕਿਨ ਮੈਂ ਵਧਾਈ ਦਿਆਂਗਾ ਜੇ ਪੀ ਗਰੇਵਾਲ ਨੂੰ ਔਰ ਉਹਨਾਂ ਦੇ ਜਿਹੜੇ ਡਾਇਰੈਕਟਰ ਪ੍ਰੋਡਿਊਸਰ ਸੀ ਜਿਨ੍ਹਾਂ ਨੇ ਸੂਬੇਦਾਰ ਜੋਗਿੰਦਰ ਸਿੰਘ ਦਾ ਕਰੈਕਟਰ ਲੋਕਾਂ ਦੇ ਅੱਗੇ ਲਿਆ ਕੇ ਉਹਦੀ ਕੁਰਬਾਨੀ ਨੂੰ ਲੋਕਾਂ ਅੱਗੇ ਦੱਸਿਆ। ਸਰਦਾਰ ਮਨਜੀਤ ਸਿੰਘ ਜੀ, ਜੀ ਕੇ ਆਪ ਜੀ ਨੂੰ ਦੱਸ ਰਹੇ ਹਨ ਕਿ ਉਹ ਸੂਬੇਦਾਰ ਜੋਗਿੰਦਰ ਸਿੰਘ ਦੇ ਉੱਤੇ ਆਧਾਰਿਤ ਸੀ, ਕੀ ਆਪ ਜੀ ਉਹਨਾਂ ਨਾਲ ਸਹਿਮਤ ਹੋ? ਹਾਂਜੀ ਹਾਂਜੀ, ਆਪ ਜੀ ਸਹਿਮਤ ਹੋ। ਹਾਂਜੀ, ਤਾਂ ਫਿਰ ਸਾਨੂੰ, ਕਿਉਂਕਿ ਆਪ ਜੀ ਦਾ ਜਵਾਬ ਠੀਕ ਹੋ ਗਿਆ, ਸਾਨੂੰ ਮਿਲ ਕੇ ਤਾਂ ਬਹੁਤ ਬਹੁਤ ਧੰਨਵਾਦ ਸਰਦਾਰ ਮਨਜੀਤ ਸਿੰਘ ਜੀ, ਜੀ ਕੇ ਤੁਹਾਡਾ, ਕਿ ਆਪ ਜੀ ਨੇ ਟੀਮ ਨੂੰ ਜਿੱਥੇ ਆਂਸਰ ਦੇ ਕੇ ਅੱਗੇ ਵਧਾਇਆ ਉੱਥੇ ਆਓ ਬਣੀਏ ਗੁਰਸਿੱਖ ਪਿਆਰਾ ਪ੍ਰੋਗਰਾਮ ਨੂੰ ਹਮੇਸ਼ਾ ਆਪ ਦਿੱਲੀ ਗੁਰਦੁਆਰਾ ਪ੍ਰਬੰਧਕ ਕਮੇਟੀ ਵੱਲੋਂ ਅਸੀਸਾਂ ਦੇ ਕੇ ਅੱਗੇ ਵਧਾਉਂਦੇ ਹੋ, ਤੁਹਾਡਾ ਬਹੁਤ ਬਹੁਤ ਧੰਨਵਾਦ। ਮੈਂ ਸਮਝਦਾ ਕਿ ਆਓ ਬਣੀਏ ਗੁਰਸਿੱਖ ਪਿਆਰਾ ਨੇ ਜੋ ਸੇਵਾ ਸਿੱਖ ਇਤਿਹਾਸ ਦੀ, ਗੁਰੂ ਸ਼ਬਦ ਦੀ, ਗੁਰੂ ਇਤਿਹਾਸ ਦੀ ਜੋ ਨਿੱਕੇ ਨਿੱਕੇ ਬੱਚਿਆਂ ਤੱਕ ਤੁਸੀਂ ਪਹੁੰਚਾਈ ਹੈ, ਇਹ ਮੈਂ ਸਮਝਦਾ ਵਾਂ ਕਿ ਆਉਣ ਵਾਲੇ ਸਮੇਂ 'ਚ ਸਾਡੀ ਪਨੀਰੀ ਜਿਹੜੀ ਹੈ ਇਹਦਾ ਜ਼ਰੂਰ ਲਾਹਾ ਲਏਗੀ। ਔਰ ਜਿਹੜੀ ਸਾਨੂੰ ਖਤਰਾ ਹੈ ਕਿ ਸਿੱਖੀ ਨੂੰ ਕਿਤੇ ਨਾ ਕਿਤੇ ਢਾਲ ਲੱਗੇਗੀ, ਇਹ ਪ੍ਰੋਗਰਾਮ ਨੇ ਬਹੁਤ ਵੱਡਾ ਸਪੋਰਟ ਕੀਤਾ ਸਿੱਖੀ ਦੇ ਪ੍ਰਚਾਰ ਪ੍ਰਸਾਰ ਵਾਸਤੇ। ਔਰ ਇਹੋ ਜਿਹੇ ਹੋਰ ਵੀ ਉੱਦਮ ਹੋਣੇ ਚਾਹੀਦੇ। ਦਿੱਲੀ ਸਿੱਖ ਗੁਰਦੁਆਰਾ ਕਮੇਟੀ ਦਾ ਮੇਨ ਕੰਮ ਧਰਮ ਪ੍ਰਚਾਰ ਦਾ ਔਰ ਪ੍ਰਸਾਰ ਦਾ, ਸੋ ਜੋ ਤੁਸੀਂ ਕਰ ਰਹੇ ਹੋ ਉਹਦੇ ਸਾਡਾ ਫਰਜ਼ ਬਣਦਾ ਸੀ ਤੁਹਾਡੀ ਸਪੋਰਟ ਕਰਨੀ, ਅੱਗੋਂ ਵੀ ਇਹ ਸਪੋਰਟ ਰਹੇਗੀ। ਸੋ ਸੂਬੇਦਾਰ ਜੋਗਿੰਦਰ ਸਿੰਘ, ਹੀ ਵਾਸ ਕਿਲਡ ਇਨ ਦਾ 1962 ਸਿਨੋ ਇੰਡੀਅਨ ਵਾਰ ਐਂਡ ਪੋਸਥੂਮੀਅਸਲੀ ਅਵਾਰਡਿਡ ਦੀ ਪਰਮ ਵੀਰ ਚੱਕਰ। ਸੋ ਬਹੁਤ ਬਹਾਦਰੀ ਨਾਲ ਇਹ ਲੜੇ ਹੈਗੇ ਨੇ ਉਸ ਜੰਗ ਨੂੰ ਜਿਹੜੀ ਸਿਨੋ ਇੰਡੀਅਨ ਵਾਰ ਹੋਈ ਹੈ ਔਰ ਅਖੀਰ 'ਤੇ ਸ਼ਹੀਦੀ ਪ੍ਰਾਪਤ ਕੀਤੀ ਹੈ। ਸੋ ਅਸੀਂ ਇਹਨਾਂ ਨੂੰ ਆਪਣੇ ਇਸ ਸ਼ੋਅ ਰਾਹੀਂ ਸੈਲਿਊਟ ਕਰਦੇ ਹਾਂ। ਅਸੀਂ ਵੱਧਦੇ ਹਾਂ ਜੀ ਅੱਗੇ ਨੈਕਸਟ ਕੁਐਸਚਨ ਵੱਲ। ਸਪੈਲਿੰਗ ਮਿਸਟੇਕ, ਡਾਇਰੈਕਟ ਕੁਐਸਚਨ ਆ ਰਿਹਾ ਹੈ ਪੇਸ਼ੈਂਸ ਟੀਮ ਲਈ, ਧੀਰਜ ਟੀਮ ਲਈ। ਇਨ ਬਿਲੋ ਸੈਂਟੈਂਸ ਕੁਛ ਸਪੈਲਿੰਗ ਮਿਸਟੇਕ ਹੋਏਗੀ, ਆਪ ਜੀ ਨੇ ਉਸ ਮਿਸਟੇਕ ਨੂੰ ਲੱਭਣਾ ਹੈ, ਠੀਕ ਹੈ ਜੀ? ਸੋ ਲਓ ਜੀ, ਆਪ ਜੀ ਦੇ ਸਾਹਮਣੇ ਇਹ ਸਟੇਟਮੈਂਟ। ਇਨ ਬਿਲੋ ਸੈਂਟੈਂਸ ਪੁਆਇੰਟ ਆਊਟ ਇਫ ਦੇਅਰ ਇਜ਼ ਆਰ ਐਨੀ ਸਪੈਲਿੰਗ ਮਿਸਟੇਕਸ, ਦੇਅਰ ਕੁਡ ਬੀ ਨੋ ਮਿਸਟੇਕ ਆਰ ਮੋਰ ਦੈਨ ਵਨ ਮਿਸਟੇਕ, ਹੇਠ ਲਿਖੇ ਵਾਕ ਵਿੱਚ ਕੁਛ ਗਲਤੀਆਂ ਹਨ, ਦੱਸੋ ਕਿਹੜੀਆਂ ਹਨ? ਤੁਹਾਡੇ ਨਾਲ ਗੱਲ ਕਰਕੇ ਚੰਗਾ ਲੱਗਿਆ, ਇਹ ਅਸੀਂ ਪੜ੍ਹ ਦਿੱਤਾ, ਲੇਕਿਨ ਗਲਤੀ ਤੁਸੀਂ ਲੱਭਣੀ। ਹਾਂਜੀ, ਕੋਈ ਗਲਤੀ ਹੈ ਜੀ? ਪਹਿਲੇ ਤਾਂ ਇਹ ਦੱਸੋ। ਹਾਂਜੀ, ਗੱਲ ਸ਼ਬਦ ਵਿੱਚ ਗਲਤੀ, ਗੱਲ ਸ਼ਬਦ ਵਿੱਚ ਗਲਤੀ, ਕੀ ਗਲਤੀ ਹੈ ਜੀ? ਉਹਦੇ ਉੱਤੇ ਅੱਧਕ ਲੱਗੇਗਾ, ਅੱਧਕ ਲੱਗੇਗਾ ਨਾ? ਅੱਛਾ ਜੀ, ਹੋਰ ਕੋਈ ਗਲਤੀ ਨਹੀਂ ਹੈ ਤੁਹਾਡੇ ਨਾਲ? ਇੱਕ ਵਾਰੀ ਪੂਰਨ ਵਿਰਾਮ, ਲਾਸਟ ਵਿੱਚ ਪੂਰਨ ਵਿਰਾਮ, ਠੀਕ ਹੈ ਜੀ। ਇਹੀ ਦੋ ਗਲਤੀਆਂ ਆਪ ਜੀ ਦੇ ਅਨੁਸਾਰ? ਇਹੀ ਦੋ ਗਲਤੀਆਂ ਫਾਈਨਲ? ਹਾਂਜੀ, ਟਾਈਮ ਇਜ਼ ਗੋਇੰਗ ਟੂ ਬੀ ਓਵਰ। ਆਪ ਜੀ ਦਾ ਹਾਫ ਆਂਸਰ ਕਰੈਕਟ ਹੈ, ਹਾਫ ਆਂਸਰ ਪਾਸ ਹੁੰਦਾ ਜੀ ਖਿਮਾ ਟੀਮ ਨੂੰ, ਅਗਰ ਉਹਨਾਂ ਕੋਲ ਕੋਈ ਜਵਾਬ ਹੈ ਤਾਂ। ਚੰਗੇ ਦੀ ਟਿੱਪੀ ਉੱਪਰ ਲੱਗੀ ਹੋਈ, ਉਹਦੇ ਨਾਲ ਲੱਗੀ ਹੋਣੀ ਚਾਹੀਦੀ। ਚੰਗੇ ਦੀ ਟਿੱਪੀ ਠੀਕ ਜਗ੍ਹਾ 'ਤੇ ਲੱਗੀ ਹੈ, ਸੋ ਆਪ ਜੀ ਨੇ ਵੀ ਜਵਾਬ ਨਹੀਂ ਦੇ ਪਾਏ ਦਾ। ਆਪ ਜੀ ਦਾ 50% ਜਵਾਬ ਠੀਕ ਸੀ, 5 ਮਾਰਕਸ ਆਪ ਜੀ ਨੂੰ ਮਿਲਦੇ ਨੇ, ਅੱਧੇ ਮਾਰਕਸ ਦੇ ਦੇਣੇ ਚਾਹੀਦੇ, ਅੱਧੇ ਮਾਰਕਸ ਦੇ ਦੇਣੇ ਚਾਹੀਦੇ ਨੇ। ਤੁਸੀਂ ਲੱਗਿਆ ਦੇ ਉੱਤੇ ਵੀ ਜਿਹੜੀ ਅਦਕ ਤੁਸੀਂ ਗੱਲ ਦੇ ਉੱਤੇ ਕਹੀ ਸੀ ਉਹ ਲੱਗਿਆ ਦੇ ਉੱਤੇ ਵੀ ਲੱਗਿਆ, ਤਾਂ ਉਹ ਅਦਕ ਉੱਥੇ ਵੀ ਸੀ। ਸੋ 50% ਮਾਰਕ, 5 ਮਾਰਕਸ ਤੁਹਾਨੂੰ ਮਿਲ ਗਏ। ਅਸੀਂ ਵੱਧਦੇ ਹਾਂ ਜੀ ਆਪਣੇ ਅਗਲੇ ਕੁਐਸਚਨ। ਮੀਂਹ ਪੈ ਰਿਹਾ ਸੀ ਅਤੇ ਲੋਕ ਭਿੱਜ ਰਹੇ ਸਨ। ਹਾਂਜੀ, ਧਿਆਨ ਨਾਲ ਪੜ੍ਹ ਲਓ ਜੀ। ਮੀਂਹ ਪੈ ਰਿਹਾ ਸੀ ਅਤੇ ਲੋਕ ਭਿੱਜ ਰਹੇ ਸਨ। ਹੋ ਸਕਦਾ
ਧੀ ਰਹੇ ਟੀਮ ਕੋਲ ਵੀ ਇਹ ਪ੍ਰਸ਼ਨ ਆ ਜਾਵੇ। ਵਿੱਚ ਰੇਹਾਂ ਦੇ ਉੱਪਰ ਟਿੱਪੀ ਨਹੀਂ ਲੱਗੇ, ਬਿੰਦੀ ਨਹੀਂ ਲੱਗੇਗੀ, ਔਰ ਲੋਕ ਦੇ ਵਿੱਚ ਕਨੋੜਾ, ਹਾਂਜੀ ਇੱਕ ਦੂਸਰਾ ਲੱਗੇਗਾ, ਹੋੜਾ ਲੱਗੇਗਾ, ਹਾਂਜੀ ਹਾਂਜੀ ਹਾਂਜੀ, ਇਹੀ ਦੋ ਗਲਤੀਆਂ ਜੀ, ਹਾਂਜੀ ਫਾਈਨਲ, ਹਾਂਜੀ। ਸੋ ਰੇਹਾਂ ਦੇ ਉੱਪਰ ਬਿੰਦੀ ਨਹੀਂ ਆਏਗੀ ਔਰ ਕਨੋੜੇ ਦੀ ਜਗ੍ਹਾ ਹੋੜਾ ਸੀ। ਸੋ ਬਿਲਕੁਲ ਠੀਕ ਜਵਾਬ ਆ ਗਿਆ, ਫੁੱਲ 10 ਮਾਰਕਸ ਫੋਰ ਦਿਸ ਟੀਮ। ਐਂਡ ਵੀ ਮੂਵ ਟੂ ਦਾ ਨੈਕਸਟ ਕੁਐਸਚਨ, ਸਿੱਖ ਹਿਸਟਰੀ ਦੇ ਵਿੱਚੋਂ ਆ ਰਿਹਾ ਜੀ। ਆਪ ਜੀ ਦੀ ਸਕਰੀਨ 'ਤੇ ਡਾਇਰੈਕਟ ਕੁਐਸਚਨ ਫਾਰ ਪੇਸ਼ੈਂਸ ਟੀਮ। ਇਨ ਦਾ ਈਅਰ 1540 ਵਿੱਚ ਸਿੱਖ ਗੁਰੂ ਵਾਜ਼ ਦਾ ਐਲਡੈਸਟ ਐਂਡ ਅਲਾਈਵ। ਸੰਨ 1540 ਵਿੱਚ ਕਿਹੜੇ ਸਿੱਖ ਗੁਰੂ ਸਾਹਿਬਾਨ ਸਭ ਤੋਂ ਵੱਡੀ ਉਮਰ ਵਿੱਚ ਦੇ ਸਰੂਪ 'ਚ ਮੌਜੂਦ ਸਨ? ਗੁਰੂ ਅਮਰਦਾਸ ਜੀ, ਗੁਰੂ ਅਮਰਦਾਸ ਜੀ, ਫਾਈਨਲ ਡਿਸੀਜਨ। ਤੁਸੀਂ ਕੁਛ ਲਿਖ ਰਹੇ ਹੋ? ਮੈਂ ਸਿਰਫ ਡੇਟ ਆਫ ਬਰਥ ਲਿਖ ਰਿਹਾ ਸੀ। ਡੇਟ ਆਫ ਬਰਥ ਲਿਖ, ਹਾਂਜੀ ਗੁਰੂ ਅਮਰਦਾਸ ਜੀ, ਫਾਈਨਲ ਡਿਸੀਜਨ ਹੈ ਦੋਨਾਂ ਦਾ। ਸੋ ਬਿਲਕੁਲ ਠੀਕ ਜਵਾਬ ਆ ਗਿਆ ਜੀ, ਫੁੱਲ 10 ਮਾਰਕਸ, ਫੁੱਲ 10 ਮਾਰਕਸ ਟੂ ਯੂ। ਚਲੋ ਜੀ, ਨੈਕਸਟ ਕੁਐਸਚਨ ਵੱਲ ਵਧੀਆ ਜੀ। ਬਿਲਕੁਲ ਲਓ ਜੀ, ਖੇਮਾ ਟੀਮ ਲਈ ਵੀ ਆ ਗਿਆ ਕੁਐਸਚਨ ਹੁਣ ਸਕਰੀਨ 'ਤੇ। ਇਨ ਵਿਚ ਫੋਰਟ ਮਹਾਰਾਣੀ ਜਿੰਦ ਕੌਰ ਵਾਜ਼ ਇੰਪ੍ਰਿਜ਼ਨ ਬਾਏ ਨਿਊ ਕੋਲੋਨੀਅਲ ਰੂਲਰਸ? ਮਹਾਰਾਜਾ ਰਣਜੀਤ ਸਿੰਘ ਜੀ ਦੀ ਪਤਨੀ ਮਹਾਰਾਣੀ ਜਿੰਦ ਕੌਰ ਨੂੰ ਅੰਗਰੇਜ਼ਾਂ ਨੇ ਕਿਸ ਕਿਲ੍ਹੇ ਵਿੱਚ ਕੈਦ ਰੱਖਿਆ ਸੀ? ਸਮਾਂ ਚੱਲ ਚੁੱਕਾ ਹੈ। ਪਾਸ ਕਰਨਾ ਚਾਹੁੰਦੇ ਹੋ? ਆਪ ਜੀ ਦੀ ਐਕਸਪਰਟ ਐਡਵਾਈਸ ਵਾਲੀ ਜਿਹੜੀ ਲਾਈਫ ਲਾਈਨ ਹੈ ਆਪ ਜੀ ਨੇ ਯੂਜ਼ ਕਰ ਲਈ ਹੈ, ਇਸ ਕਰਕੇ ਪਾਸ ਕਰ ਦਿੱਤਾ ਇਹਨਾਂ ਨੇ ਜੀ ਧੀਰਜ ਟੀਮ ਨੂੰ। ਇਫ ਦੇ ਹੈਵ ਐਨੀ ਆਨਸਰ, ਟਰਾਇੰਗ ਟੂ ਫਾਈਂਡ ਆਊਟ। ਸੋ ਆਪ ਜੀ ਨੂੰ ਕੋਈ ਚਾਂਸ ਹੋਰ ਨਹੀਂ ਦੇ ਸਕਾਂਗੇ ਕਿਉਂਕਿ ਸਪਾਰ ਆਫ ਮੂਮੈਂਟ ਹੁੰਦਾ। ਬਿਲਕੁਲ, ਇਹਦਾ ਆਨਸਰ ਮੇਰੇ ਖਿਆਲ ਲਾਹੌਰ ਹੈ। ਸੋਰੀ, ਦਾ ਕਰੈਕਟ ਆਨਸਰ ਵਾਜ਼ ਬਨਾਰਸ ਫੋਰਟ। ਬਨਾਰਸ ਫੋਰਟ ਦੇ ਵਿੱਚ ਮਹਾਰਾਣੀ ਜਿੰਦ ਕੌਰ ਨੂੰ ਰੱਖਿਆ ਗਿਆ ਕੋਲੋਨੀਅਲ ਰੂਲ ਲਾਗੂ ਹੋਣੇ ਤੋਂ ਬਾਅਦ। ਇੱਥੇ ਅਸੀਂ ਲਵਾਂਗੇ ਇੱਕ ਛੋਟਾ ਜਿਹਾ ਬ੍ਰੇਕ। ਬ੍ਰੇਕ ਤੋਂ ਬਾਅਦ ਕਿਤੇ ਜਾਇਓ ਨਾ, ਬਹੁਤ ਜਲਦੀ ਅਸੀਂ ਇਸ ਗ੍ਰੈਂਡ ਫਿਨਾਲੇ ਦੇ ਉਸ ਹਿੱਸੇ ਵੱਲ ਵੱਧ ਰਹੇ ਹਾਂ ਜਿਸ ਹਿੱਸੇ ਨੇ ਇੱਕ ਲੰਬਾ ਸਫ਼ਰ ਤੈਅ ਕਰਕੇ ਇਹਨਾਂ ਵਿਅਕਤੀਆਂ ਨੂੰ ਇੱਥੋਂ ਤੱਕ ਪਹੁੰਚਾਇਆ। ਸੋ ਆਉਂਦਿਆਂ ਇੱਕ ਥੋੜ੍ਹੇ ਜਿਹੇ ਵਕਫੇ ਤੋਂ ਬਾਅਦ ਕਿਤੇ ਜਾਇਓ ਨਾ, ਆਓ ਬਣੀਏ ਗੁਰਸਿੱਖ ਪਿਆਰਾ ਦੇ ਗ੍ਰੈਂਡ ਫਿਨਾਲੇ ਵਿੱਚ। ਰਫਤਾਰ ਭਰੀ ਜ਼ਿੰਦਗੀ ਵਿੱਚ ਜ਼ਰੂਰਤ ਹੈ ਸਮੇਂ ਤੋਂ ਅੱਗੇ ਰਹਿਣ ਦੀ। ਤਰੱਕੀ ਦੀ ਰਾਹ ਤੇ ਸਾਥੀਆਂ ਨੂੰ ਨਾਲ ਰੱਖਣ ਦੀ। ਕੌਨਫੀਡੈਂਸ ਹੈ ਦੁਨੀਆ ਸਾਹਮਣੇ ਹਰ ਰੂਪ ਦੇ ਵਿੱਚ ਖੜੇ ਹੋਣ ਦਾ, ਤੇ ਕੌਨਫੀਡੈਂਸ ਮਿਲਦਾ ਸਿਮਕੋ ਤੋਂ। ਸਿਮਕੋ ਸੁਪਰੀਮ ਹੇਅਰ ਫਿਕਸਰ, ਸਿਮਕੋ ਕਲਾਸਿਕ ਹੇਅਰ ਫਿਕਸਰ, ਪਰਸਨੈਲਿਟੀ ਨੂੰ ਨਿਖਾਰਨ ਵਾਲਾ ਭਰੋਸੇਮੰਦ ਸਾਥੀ। ਇਸ ਲਈ ਅੱਜ ਵੀ ਅਨੇਮ, ਯੂ ਕੈਨ ਰਿਲਾਈ ਅਪੌਨ ਸਿਮਕੋ। Sameer! Wow! Just point and move! Specialist LED TV. Smart features ke saath. Main mehenga hoga. Khud dekh le. Hey! Behtareen picture, stylish design, 3 saal ki warranty. Viber, the LED TV specialist. नया पॉकेट सर्फर रुपीज 1999 से शुरू एंड्रॉइड स्मार्टफोन के साथ एक साल का इंटरनेट फ्री। When it's about style, it's Simcoe. Simcoe Swift Power Hair Spray in Mega Strong, System Professional and Ultra Strong. Simcoe Swift Power Hair Spray. Style begins with it. Aao Baniye
वेलकम बैक आओ बनिए गुरसिख प्यारा क्विज शो दे 14th सीजन दे ग्रैंड फिनैले राउंड साडे प्यारे ते सूझवान दर्शकों का मुड़ तो स्वागत है। ब्रेक ते जाण तो पहले साडियां दोनों टीम्स पेशेंस ते फॉरगिवनेस बहुत अच्छे तरीके नाल कंपीट कर रही सन। सो बजर राउंड आ गया जी, आइडेंटिफाई दी फेमस रॉगी। ऑडियो क्लिप आप जी नूं सुनाई जानी है, दोनों टीमों वास्ते क्वेश्चन होणगे जी, ते तुसी जिन्हें पहले बजर प्रेस किया उन्हूं दसना पेगा कि केड़े रागी साहबान दी ऑडियो क्लिप सी। सो हुण तुहाडे लई पहला क्वेश्चन ऑडियो क्लिप। ज्यों ज्यों तेरा हुक्म, ज्यों ज्यों तेरा हुक्म, तिवै त्यों होना। स्पर ऑफ मोमेंट, नो रिप्लाई, माइनस 10। रिप्लाई नहीं दे सके क्योंकि बजर राउंड दे विच दिस इज टू बी चैक कि भाई तुसी स्पर ऑफ मोमेंट जवाब दिता है या नहीं, बिकॉज यू प्रेस द बजर फर्स्ट। सो नो माइनस 10 मार्क्स हो गए जी। ये भाई गुरदेव सिंह जी की वॉइस सी, भाई गुरदेव सैटिस्फाइड? Yes. दोनों टीमों वास्ते फिर एक बजर ऑडियो प्ले आ रहा है, बजर आप जी प्रेस कर सकते। हाँ जी, ऑडियो प्ले किया जाए। आप जी नूं सोचण दा समां मिल जांदा है। एडवांस जी जवाब। सुरिंदर सिंह जोधपुरी। भाई सुरिंदर सिंह जी जोधपुरी, बिल्कुल ठीक जवाब है जी। 20 मार्क्स आप जी ने स्पर ऑफ मूवमेंट ते जवाब दिता, जेड़ा कि बजर राउंड दा रूल है। एडवांस आप जी जवाब दोगे तो नंबर मिलणगे, अदरवाइज नैगेटिव मार्किंग है। सो आप जी लई अगला एक होर बजर राउंड आ रहा है, तैयार रहना जी। हुण एक डिस्प्ले होएगा आप जी दे सामने इमेज, आइडेंटिफाई द फेमस सिख। बड़े ध्यान नाल आप जी ने जेड़ा कि बजर दा रूल है बजर राउंड दा, उसनू दिमाग इच रखदे हुए आप जी ने जवाब बजर प्रेस करना है और जवाब देना एडवांस। हाँ जी, सो इमेज दिखाई जावे। हाँ जी, हरदीप सिंह मान। हरदीप सिंह मान, बिल्कुल ठीक जवाब है। 20 मार्क्स फॉर दिस आंसर। इन बारे आप जी कुछ जानते हो? जी, ये ऑस्ट्रिया विच स्पेशल फोर्सेस विच हैगे ने, ऑस्ट्रिया दी। ऑस्ट्रिया विच? एनी ओ दिस वाज एडिशनल इंफॉर्मेशन। स्पेशल फोर्सेस विच हैं नो डाउट, पर ऑस्ट्रेलियन स्पेशल फोर्सेस विच हैं। हरदीप सिंह मान आप जी का बिल्कुल ठीक जवाब है। बजर पहले प्रेस करके आपने 20 मार्क्स गेन कर रहे हैं, बिल्कुल ठीक जवाब दिता है। असी वधदे हां जी अगले विजुअल। इस गुरसिख नूं आपने पहचानना है जे आपने सिलेबस नूं पूरी तरह देखा होवे ते आप जी नूं बहुत जल्दी पता लगे। आप जी दोनों ही नहीं चांस लै पा रहे, इस करके सानूं दर्शकां नूं ये जवाब साझा करना पेगा। किसी टीम नूं कोई मार्क नहीं मिल रहे। ही इज एयर चीफ मार्शल बिरेंदर सिंह धनोआ। आप जी नूं जवाब याद सी, हुण दोनों नूं याद आ रहे, हुण दोनों नूं याद आ रहे, पर रिस्क नहीं लै रहे। रिस्क कोई नहीं लै रहा सी कि किते माइनस मार्क ही ना हो जाए। असीं वधदे हां अगला जिहड़ा आ रहा जी। सो अगला इमेज जिहड़ा तुहाडे सामने आ रहा जी, देखो ते बजर राउंड दे मुताबिक तुसीं स्कोर गेन कर सकदे। ਹੁਣ ਸਾਨੂੰ ਕੈਮਰੇ ਦੀ ਅੱਖ ਨਾਲ ਵੇਖਣਾ ਪੈਣਾ ਕਿ ਇਹਨਾਂ ਦੋਨਾਂ ਦੇ ਵਿੱਚੋਂ ਕਿਹੜੀ ਟੀਮ ਨੇ ਪਹਿਲਾਂ ਬਜ਼ਰ ਦਬਾਇਆ। ਸੋ ਹਰਜਿੰਦਰ ਸਿੰਘ ਜੀ, ਦੋਨੋਂ ਬਜ਼ਰ ਇੱਕੋ ਟਾਈਮ 'ਚ ਵਜੇ ਨੇ। ਸੋ ਦੋਨੋਂ ਟੀਮਸ ਨੇ ਕਿਉਂਕਿ ਸੇਮ ਟਾਈਮ 'ਤੇ ਬਜ਼ਰ ਵਜਾਇਆ ਹੈ, ਸੋ ਅਸੀਂ ਦੋਨਾਂ ਕੋਲੋਂ ਹੀ ਜਵਾਬ ਪੁੱਛਾਂਗੇ। ਇਸ ਦੇ ਵਿੱਚ ਕੋਈ ਨੈਗੇਟਿਵ ਮਾਰਕਿੰਗ ਨਹੀਂ ਹੋਏਗੀ, ਕੋਈ ਬੋਨਸ ਮਾਰਕਸ ਨਹੀਂ ਮਿਲਣਗੇ। ਜਿਹੜੀ ਟੀਮ ਨੇ ਠੀਕ ਜਵਾਬ ਦੇਗੀ ਉਹਨੂੰ 10 ਮਾਰਕਸ ਮਿਲ ਜਾਣਗੇ। ਸੋ ਅਸੀਂ ਦੋਨੋਂ ਵੀਰ
ਦੋਨੋਂ ਟੀਮਸ ਕੋਲੋਂ ਅਲੱਗ ਅਲੱਗ ਜਵਾਬ ਪੁੱਛਾਂਗੇ। ਸਾਡੇ ਜੱਜਸ ਦਾ ਫੈਸਲਾ, ਇਹਦੇ ਵਿੱਚ ਸਾਡਾ ਕੋਈ ਕਸੂਰ ਨਹੀਂ, ਅਸੀਂ ਤਾਂ ਫੈਸਲੇ ਨੂੰ ਮੰਨਣਾ। ਸੋ ਪਲੀਜ਼। ਹਾਂਜੀ, ਹਾਂਜੀ ਵਿੱਚ। ਸੋ ਪੇਸ਼ੈਂਸ ਟੀਮ ਦਾ ਜਵਾਬ ਬਿਲਕੁਲ ਠੀਕ ਹੈ, ਦੇ ਹੈਵ ਸਕੋਰ 10 ਮਾਰਕਸ। ਫਰਗਿਵਨੈਸ ਟੀਮ ਦਾ ਜਵਾਬ ਗਲਤ ਹੈ, ਉਹਨਾਂ ਨੂੰ ਕੋਈ ਮਾਰਕ ਨਹੀਂ ਮਿਲ ਰਿਹਾ, ਐਂਡ ਦੇਰ ਇਜ਼ ਨੋ ਨੈਗੇਟਿਵ ਮਾਰਕਿੰਗ। ਠੀਕ ਆਂਸਰ ਜਿਹੜਾ ਸੀ ਉਹ ਗੁਰਰਤਨ ਸਿੰਘ ਹਨ, ਸਰਦਾਰ ਜਗਮੀਤ ਸਿੰਘ ਜੀ ਦੇ ਬ੍ਰਦਰ। ਸੋ ਵਧੀਆ ਜੀ, ਆਪਣੇ ਅਗਲੇ ਕੁਐਸਚਨ ਵੱਲ। ਸੋ ਅਗਲਾ ਫਿਰ ਇੱਕ ਵਿਜੂਅਲ ਰਾਊਂਡ ਹੈ ਜੀ, ਇੱਕ ਇਮੇਜ ਆ ਰਹੀ ਹੈ, ਬਜ਼ਰ ਰਾਊਂਡ, ਧਿਆਨ ਦੇ ਨਾਲ ਦੇਖਣਾ ਜੀ, ਔਰ ਫਿਰ ਉਸਨੂੰ ਆਪ ਜੀ ਨੇ ਬਜ਼ਰ ਪ੍ਰੈਸ ਕਰਨਾ। ਹਾਂਜੀ, ਚਰਨਪ੍ਰੀਤ ਸਿੰਘ ਲਾਲੀ। ਚਰਨਪ੍ਰੀਤ ਸਿੰਘ ਲਾਲ ਜਾਂ ਲਾਲੀ ਕਹਿ ਰਹੇ ਹੋ ਆਪ ਜੀ, ਇਹਨਾਂ ਬਾਰੇ ਆਪ ਜੀ ਕੁਝ ਜਾਣਦੇ ਹੋ? ਹਾਂਜੀ, ਜਿਹੜੀ ਰਾਇਲ ਪਰੇਡ, ਦੱਸਦੇ ਆ ਆਪ ਜੀ ਦਾ ਆਨਸਰ ਠੀਕ ਹੈ ਕਿ ਨਹੀਂ। ਹਾਂ, ਜਿਹੜੀ ਰਾਇਲ ਪਰੇਡ ਹੋਈ ਹੈ ਉੱਥੇ ਸਾਰੇ ਸੋਲਜਰਸ ਨੂੰ ਬੀਅਰ ਸਕਿਨ ਪਹਿਨ ਪਾ ਕੇ ਵਾਕ ਕਰਨਾ ਪੈਂਦਾ ਹੈ, ਪਰ ਇਹ ਪਹਿਲੇ ਹਿਸਟਰੀ 'ਚ ਸਿੱਖ ਬਣੇ ਨੇ ਜਿਨ੍ਹਾਂ ਨੇ ਪੱਗ ਬੰਨ ਕੇ। ਬਹੁਤ ਵਧੀਆ ਜੀ, ਸਾਡੇ ਦੇਖੋ, ਹਾਲਾਂਕਿ ਇਹ ਡਿਟੇਲ ਸਾਡੇ ਪ੍ਰਸ਼ਨ ਦਾ ਹਿੱਸਾ ਨਹੀਂ ਸੀ, ਇਹ ਸਿਰਫ ਦਰਸ਼ਕਾਂ ਦੀ ਜਾਣਕਾਰੀ ਵਾਸਤੇ ਸੀ, ਲੇਕਿਨ ਇਹਨਾਂ ਨੂੰ ਉਹਦਾ ਆਨਸਰ ਵੀ ਪਤਾ ਔਰ ਉਹਦਾ ਰੀਜ਼ਨ ਵੀ ਪਤਾ। ਬਿਲਕੁਲ ਠੀਕ ਜੀ। ਸੋ ਬਹੁਤ ਵਧਾਈਆਂ, ਤੁਸੀਂ 20 ਮਾਰਕਸ ਗੇਨ ਕਰ ਲੈਣ, ਔਰ ਇਹ ਲਾਸਟ ਕੁਐਸਚਨ ਸੀ ਗ੍ਰੈਂਡ ਫਿਨੈਲੇ ਦਾ, ਔਰ ਜਿਹੜਾ ਸਸਪੈਂਸ ਅਸੀਂ ਦਰਸ਼ਕਾਂ ਵਾਸਤੇ ਬਣਾਇਆ ਸੀ ਉਹ ਹੁਣ ਓਪਨ ਹੋਣੇ ਜਾ ਰਿਹਾ ਹੈ। ਦੇਖਦੇ ਹਾਂ ਦੋਨੋਂ ਟੀਮਸ ਨੇ ਕਿਸ ਤਰ੍ਹਾਂ ਸਕੋਰ ਕੀਤਾ। ਫਰਗਿਵਨੈਸ ਟੀਮ ਦੇ ਸਕੋਰ ਹਨ 40, ਐਂਡ ਧੀਰਜ ਟੀਮ ਜਿਹੜੀ ਹੈ ਉਹ 65 ਮਾਰਕਸ ਲੈ ਕੇ ਫਿਨੈਲੇ ਦੀ ਵਿਨਰ ਬਣ ਗਈ ਹੈ, ਔਰ ਫਰਗਿਵਨੈਸ ਟੀਮ ਰਨਰ ਅਪ ਰਹੇਗੀ। ਦੋਨੋਂ ਹੀ ਟੀਮਾਂ ਨੇ ਬਹੁਤ ਵਧੀਆ ਪਰਫੋਰਮ ਕੀਤਾ ਹੈ, ਅਤੇ ਬਜ਼ਰ ਰਾਊਂਡ 'ਚ ਇੱਕ ਟੀਮ ਅੱਗੇ ਨਿਕਲ ਗਈ ਔਰ ਇੱਕ ਪਿੱਛੇ ਨਿਕਲ ਗਈ, ਬਹੁਤ ਵਧੀਆ ਜੀ। ਸੋ ਹਾਂਜੀ, ਮੈਂ ਵੀਰ ਜੀ ਇੱਕ ਸ਼ਬਦ ਉਚਾਰਨ ਕਰਨਾ ਚਾਹੁੰਦਾ। ਜ਼ਰੂਰ। ਹਮ ਰੁਲਤੇ ਫਿਰਤੇ ਕੋਈ ਬਾਤ ਨਾ ਪੁੱਛਤਾ, ਗੁਰ ਸਤਿਗੁਰ ਸੰਗ ਕਿਰੇ ਹਮ ਥਾਪੇ। ਬਹੁਤ ਵਧੀਆ ਜੀ। ਸੋ ਬੜੇ ਭਾਵੁਕ ਹੋ ਗਏ ਵੀਰ ਜੀ, ਪਵਨਪ੍ਰੀਤ ਸਿੰਘ ਜੀ ਗ੍ਰੈਂਡ ਫਿਨੈਲੇ ਜਿੱਤ ਕੇ, ਇਹ ਐਕਚੁਅਲੀ ਕਿਉਂ ਜੀ। ਸੋ ਅਸੀਂ ਸਰਦਾਰ ਕੁਲਮੋਹਨ ਸਿੰਘ ਜੀ ਦੋਨੋਂ ਟੀਮਾਂ ਨੂੰ ਪਿਆਰ ਅਤੇ ਸਤਿਕਾਰ ਲਈ, ਸੋ ਅਸੀਂ ਇਨਵਾਈਟ ਕਰ ਰਹੇ ਹਾਂ ਸਾਡੇ ਕੋਲ ਅਮਰ ਟੂਰ ਐਂਡ ਟਰੈਵਲਸ ਤੋਂ ਉਹਨਾਂ ਦੇ CEO ਆਏ, ਅਸੀਂ ਉਹਨਾਂ ਨੂੰ ਰਿਕੁਐਸਟ ਕਰਾਂਗੇ ਉਹ ਸਟੇਜ 'ਤੇ ਆਉਣ। ਔਰ ਉਹ ਦੇ ਕੀ ਰਹੇ ਹਰਜਿੰਦਰ ਵੀਰ ਜੀ, ਦੱਸੋ ਨਾ। ਹਾਂ ਜ਼ਰੂਰ ਜੀ, ਜ਼ਰੂਰ। ਇਹਨਾਂ ਨੂੰ ਪ੍ਰਾਈਜ਼ ਵਜੋਂ ਕੀ ਦੇ ਰਹੇ? ਹਾਂਜੀ ਹਾਂਜੀ, ਸਾਡੇ ਕੋਲ ਜਿਹੜੀ ਫਿਨੈਲੇ ਟੀਮ ਹੈ ਉਹਦੇ ਲਈ ਵੀ ਇੱਕ ਸਰਪ੍ਰਾਈਜ਼ ਗਿਫਟ ਹੈ, ਔਰ ਫੋਰਗਿਵਨੈਸ ਟੀਮ ਲਈ ਵੀ ਗਿਫਟ ਹੈ। ਵੈਲਕਮ। ਮੈਂ ਇਨਵਾਈਟ ਕਰ ਰਿਹਾ ਸਰਦਾਰ ਗੁਰਪ੍ਰੀਤ ਸਿੰਘ ਜੀ ਨੂੰ, ਔਰ ਸਾਡੇ ਟੀਮ ਮੈਂਬਰਸ ਸਰਦਾਰ ਹਰਪ੍ਰੀਤ ਸਿੰਘ ਜੀ, ਸਰਦਾਰ ਤਰਨਪ੍ਰੀਤ ਸਿੰਘ ਜੀ, ਜਸਪ੍ਰੀਤ ਕੌਰ ਜੀ, ਸਰਦਾਰਨੀ ਅਮਰਜੀਤ ਕੌਰ ਜੀ, ਮੈਂ ਉਹਨਾਂ ਨੂੰ ਰਿਕੁਐਸਟ ਕਰਾਂਗਾ, ਅਤੇ ਨਾਲ ਸਰਦਾਰ ਬਲਤੇਜ ਸਿੰਘ ਜੀ। ਸੋ ਗਿਫਟ ਦੇਣ ਲਈ ਸਾਡੇ ਕੋਲ ਸਰਦਾਰ ਗੁਰਪ੍ਰੀਤ ਸਿੰਘ ਜੀ ਪੁੱਛਣ ਅਮਰ ਟੂਰ ਐਂਡ ਟਰੈਵਲ ਤੋਂ, ਦੋ ਰਿਟਰਨ ਟਿਕਟਸ ਦੋਨੋਂ ਮੈਂਬਰਸ ਨੂੰ ਇਸ ਟੀਮ ਦੇ, ਖਿਮਾ ਟੀਮ ਦੇ ਮੈਂਬਰਸ ਨੂੰ ਜਿਹੜੇ ਰਨਰ ਅਪ ਰਹੇ ਨੇ ਇੱਥੋਂ, ਉਹਨਾਂ ਨੂੰ ਦੋ ਰਿਟਰਨ ਟਿਕਟਸ ਜਿਹੜੇ ਦਰਬਾਰ ਸਾਹਿਬ ਅੰਮ੍ਰਿਤਸਰ ਦੀਆਂ ਦੇ ਰਹੇ ਨੇ। ਸੋ ਪਲੀਜ਼ ਸਰਦਾਰ ਗੁਰਪ੍ਰੀਤ ਸਿੰਘ ਜੀ ਆਪਣੇ ਹੱਥ ਦੇ ਨਾਲ। ਮੈਂ ਸਰਦਾਰ ਤਰਨਪ੍ਰੀਤ ਸਿੰਘ ਜੀ ਨੂੰ ਰਿਕੁਐਸਟ ਕਰਾਂਗਾ ਕਿ ਸਿਮਕੋ ਵੱਲੋਂ ਗਿਫਟ ਐਂਪਰ, ਵੇਵ ਵੱਲੋਂ ਕੈਸ਼ ਪ੍ਰਾਈਜ਼, ਡਾਟਾ ਵਿੰਡ ਵੱਲੋਂ ਯੂਬੀ ਸਲੇਟ ਟੈਬਲੇਟ, ਵਾਈਬਰ ਟੀਵੀ ਵੱਲੋਂ ਪਿਆਰ ਅਤੇ ਸਤਿਕਾਰ, ਔਰ ਨਾਲ ਹੀ ਜਸਪ੍ਰੀਤ ਕੌਰ ਜੀ ਸਾਡੇ ਟੀਮ ਮੈਂਬਰ ਔਰ ਨਾਲ ਜਗਵਿੰਦਰ ਸਿੰਘ ਜੀ ਹਨ, ਔਰ ਰਨਰ ਅਪ ਦੀ ਟਰਾਫੀ ਜਿਹੜੇ ਹੈ ਉਹ ਇਸ ਟੀਮ ਨੂੰ ਦੇ ਰਹੇ। ਸਰਦਾਰਨੀ ਅਮਰਜੀਤ ਕੌਰ ਜੀ ਨੂੰ ਬੇਨਤੀ ਕਰਾਂਗਾ ਇਹ ਟਰੋਫੀ ਉਹਨਾਂ ਨੂੰ ਭੇਟ ਕਰਨ। ਆਪ ਨੂੰ ਬਹੁਤ ਮੁਬਾਰਕ, ਔਰ ਸਾਡੇ ਸਪੋਂਸਰ ਜਿਹੜੇ ਵੈਭਰ ਟੀ ਵੀ ਵਾਲੇ ਨੇ ਉਹਨਾਂ ਵੱਲੋਂ ਆਪ ਜੀ ਨੂੰ ਟੀ ਵੀ ਭੇਟ ਕੀਤਾ ਜਾ ਰਿਹਾ ਹੈ। ਇਹ ਸੰਕੇਤ ਹੈ ਸਰਦਾਰ ਹਰਪ੍ਰੀਤ ਸਿੰਘ ਜੀ, ਸਾਹਿਬ ਬਲਤੇਜ ਸਿੰਘ ਜੀ ਜਿਹੜੇ ਸਾਡੇ ਟੀਮ ਮੈਂਬਰ ਨੇ ਉਹ ਆਪ ਜੀ ਨੂੰ ਡਾਟਾ ਵਿੰਡ ਵੱਲੋਂ, ਸਿਮਕੋ ਵੱਲੋਂ ਗਿਫਟ ਹੈਂਪਰ ਅਤੇ ਵੇਵ ਵੱਲੋਂ ਕੈਸ਼ ਪ੍ਰਾਈਜ਼ ਭੇਟ ਕਰ ਰਹੇ ਨੇ, ਔਰ ਨਾਲ ਹੀ ਆਪ ਜੀ ਨੂੰ ਆਓ ਬਣੀਏ ਗੁਰਸਿੱਖ ਪਿਆਰਾ ਦੇ ਜਿਹੜੇ ਮੋਮੈਂਟੋ ਨੇ ਉਹ ਵੀ ਪੇਟ ਕੀਤੇ ਜਾ ਰਹੇ ਨੇ। ਸੋ ਮੈਂ ਭੈਣ ਜੀ ਨੂੰ ਬੇਨਤੀ ਕਰਾਂਗਾ ਕਿ ਬਹੁਤੇ ਭਾਵੁਕ ਨਾ ਹੋ, ਅਸੀਸ ਦਿਓ
पूता माता की असीस। निमक न बिसरो तुमको हर हर सदा पजो जगदीश। यही असीस जो जेडे नाल ए गुरमत नाल जुड़े रहन, गुरमुख जीवन जीवन और गुरमुख कहलान। सो और उन्होंने मेनू बहुत अच्छी परवरिश दीती है। आज इस बच्चे ने उन्होंने नाम रोशन किया है। बहुत मेनू प्राउड है इस बच्चे दे ऊपर कि उसने अपने पिता दी ख्वाहिश पूरी कीती है। बहुत वधिया। तो सारी टीम वालों सर जिंदर सिंह जी सानू इन्हां दोनों टीमां नूं मुबारकबाद भी है। बिल्कुल जी। और नाल इत्थे असी एपीसोड समाप्त करन जा रहे हां। सो असी बड़ी जल्दी ही 15वें सीजन की आरंभता करांगे। साडे दर्शक देखणगे 15वें सीजन विच जिहड़े 15 एपीसोड्स, 8 प्रिलिमिनरी, 4 क्वार्टर फाइनल्स, 2 सेमीफाइनल्स और फाइनल। अगले ग्रैंड फिनाले का फिर आप जी इंतज़ार करोगे। तद तक दिओ इजाज़त इस उम्मीद नाल कि आप जी फेसबुक राही अपने मिठे और उसारू सुझाव सानू शेयर करते रहोगे। यूट्यूब पर साढ़े सारे अज तक के एपीसोड्स अवेलेबल हैं। आप जी यूट्यूब चैनल सबसक्राइब करके आप ते होर अपने प्यारे मित्रां संबंधियों नू शेयर करते रहोगे। बहुत बहुत धन्यवाद। वाहिगुरु जी का खालसा, वाहिगुरु जी की फतेह।